ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਜੀਤ ਸਿੰਘ ਵੀਜ਼ਾ ਵੇਵਸ ਤੋਂ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਲਾਈਨ ਦੇ ਨਾਲ ਜੁੜੇ ਹੋਏ ਹਾਂ। ਤਾਂ ਇਸ ਲਾਈਨ ਨੇ ਸਾਨੂੰ ਰੁਜ਼ਗਾਰ ਦਿੱਤਾ, ਸਾਨੂੰ ਰੋਟੀ ਰੋਜ਼ੀ ਦਿੱਤੀ ਆ, ਔਰ ਇੱਕ ਸਾਨੂੰ ਵਧੀਆ ਲਾਈਫ ਸਟਾਈਲ ਜਿਹੜਾ ਅਸੀਂ ਇਸ ਲਾਈਨ ਦੇ ਵਿੱਚੋਂ ਜਿਉਂ ਰਹੇ ਹਾਂ। ਅਤੇ ਸਾਡਾ ਵੀ ਕਦੇ ਕਦੇ ਫਰਜ਼ ਬਣਦਾ ਕਿ ਅਸੀਂ ਜਿੰਨੀਆਂ ਵੀ ਵੀਡੀਓ ਬਣਾਉਂਦੇ ਹਾਂ, ਹਰ ਇੱਕ ਬੰਦੇ ਦਾ ਬਿਜ਼ਨਸ ਦਾ ਪਰਪਸ ਤਾਂ ਹੁੰਦਾ ਹੀ ਹੁੰਦਾ, ਉਹਦੇ ਨਾਲ ਕਿਸੇ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਦੇ ਸਕੀਏ, ਤੁਹਾਨੂੰ ਜਾਣਕਾਰੀ ਦੇ ਸਕੀਏ, ਜਿਹਦੇ ਨਾਲ ਤੁਸੀਂ ਕੈਨੇਡਾ ਜਾਓ ਔਰ ਜਾਣ ਤੋਂ ਪਹਿਲਾਂ ਜਿਹੜਾ ਆਪਣਾ ਪੈਸਾ ਮਿਹਨਤ ਨਾਲ ਕਮਾਇਆ ਹੋਇਆ ਉਹ ਕਿਤੇ ਨੁਕਸਾਨ ਦੇ ਵਿੱਚ ਜਾਂ ਉਹ ਕਿਸੇ ਤਰ੍ਹਾਂ ਨਾਲ ਤੁਹਾਡਾ ਲਾਸ ਨਾ ਹੋਵੇ। ਤਾਂ ਇਸ ਕਰਕੇ ਜਿਹੜੀ ਮੇਰੀ ਹਰ ਇੱਕ ਵੀਡੀਓ ਹੁੰਦੀ ਆ ਉਹਦੇ ਪਿੱਛੇ ਕੋਈ ਨਾ ਕੋਈ ਤੁਹਾਨੂੰ ਸਲਾਹ ਦੇਣ ਦਾ ਮਕਸਦ ਹੁੰਦਾ, ਔਰ ਤੁਹਾਡਾ ਜਿਹੜਾ ਟਾਈਮ ਅਤੇ ਪੈਸਾ ਬਚਾਉਣ ਦਾ ਵੀ ਕਿਤੇ ਨਾ ਕਿਤੇ ਮੈਂ ਆਪਣੀ ਵੀਡੀਓ ਦੇ ਵਿੱਚ ਮਕਸਦ ਰੱਖਦਾ। ਬਹੁਤ ਖੁਸ਼ੀ ਹੁੰਦੀ ਆ, ਹਰ ਮਹੀਨੇ ਇੱਕ ਦੋ ਕਲਾਇੰਟ ਦੀ ਕਾਲ ਆਉਂਦੀ ਆ ਜਿਹੜੇ ਲੋਕਾਂ ਨੂੰ ਮੇਰੀ ਵੀਡੀਓ ਤੋਂ ਕੋਈ ਪ੍ਰੋਫਿਟ ਹੁੰਦਾ, ਕੋਈ ਮਤਲਬ ਉਹਨਾਂ ਨੂੰ ਸਿੱਖਦੇ ਆ ਕਿ ਉਹ ਕੈਨੇਡਾ ਵਿਜ਼ਿਟਰ ਵੀਜ਼ੇ 'ਤੇ ਕਿੱਦਾਂ ਜਾ ਸਕਦੇ ਆ, ਔਰ ਕੈਨੇਡਾ ਜਾ ਕੇ ਉਹ ਆਪਣਾ ਵਰਕ ਪਰਮਿਟ ਕਿਸ ਤਰੀਕੇ ਨਾਲ ਚੇਂਜ ਕਰਵਾ ਸਕਦੇ ਅਤੇ ਉਹ ਆਪਣੀ ਲਾਈਫ ਨੂੰ ਕਿੱਦਾਂ ਸਮੂਥਲੀ ਕੈਨੇਡਾ ਦੇ ਵਿੱਚ ਸਰਵਾਈਵ ਕਰ ਸਕਦੇ ਆ। ਤਾਂ ਅੱਜ ਵੀ ਮੈਨੂੰ ਉਸੇ ਤਰ੍ਹਾਂ ਇੱਕ ਮੌਂਟਰੀਅਲ ਤੋਂ ਸੱਜਣ ਦੀ ਕਾਲ ਆਈ ਅਤੇ ਉਸਨੇ ਮੈਨੂੰ ਥੈਂਕਸ ਬੋਲਿਆ, ਔਰ ਮੇਰੀਆਂ ਵੀਡੀਓ ਦੇਖ ਕੇ ਉਹਨੇ ਆਪਣੀ ਪ੍ਰੋਫਾਈਲ ਸਟਰੋਂਗ ਕੀਤੀ, ਔਰ ਪ੍ਰੋਫਾਈਲ ਸਟਰੋਂਗ ਕਰਨ ਤੋਂ ਬਾਅਦ ਉਹਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਅਤੇ ਉਹਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲਿਆ ਅਤੇ ਅੱਜ ਦੀ ਡੇਟ ਦੇ ਵਿੱਚ ਉਹ ਕੈਨੇਡਾ ਵੈਲ ਸੈਟਲਡ ਹੋ ਗਿਆ ਥੋੜ੍ਹੇ ਹੀ ਟਾਈਮ ਦੇ ਵਿੱਚ। ਔਰ ਉਸੇ ਤਰ੍ਹਾਂ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਆਪਾਂ ਜਿਹੜੀਆਂ ਐਡ ਦੇਖ ਰਹੇ ਹਾਂ ਹੋਰ ਕੰਪਨੀਆਂ ਦੀਆਂ, ਵਿਸਾਖੀ ਮੇਲਾ ਕੈਨੇਡਾ ਜਾਂ ਕੈਨੇਡਾ ਤੁਸੀਂ ਜਾ ਸਕਦੇ ਹੋ, ਤੁਸੀਂ ਕਿਸਾਨ ਹੋ ਤੁਹਾਨੂੰ ਅਸੀਂ ਸਪੋਂਸਰ ਲੈ ਕੇ ਦੇਵਾਂਗੇ, ਤੁਹਾਨੂੰ ਅਸੀਂ ਮੇਲੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਇਨਵੀਟੇਸ਼ਨ ਲੈ ਕੇ ਦੇਵਾਂਗੇ। ਇਨਵੀਟੇਸ਼ਨ ਇਕੱਲੇ 'ਤੇ ਵੀ ਵੀਜ਼ਾ ਨਹੀਂ ਮਿਲਦਾ, ਕੈਨੇਡਾ ਗੌਰਮੈਂਟ ਵੀਜ਼ਾ ਦੇਣ ਤੋਂ ਪਹਿਲਾਂ ਘੱਟੋ ਘੱਟ ਇੰਡੀਆ 'ਚ ਬੈਠੇ ਜੇ ਆਪਾਂ ਬੈਠੇ ਹੋਏ ਹਾਂ ਤਾਂ ਆਪਣੀ ਇਨਕਮ ਦਾ ਸੋਰਸ ਔਰ ਆਪਣੀ ਕਿੰਨੀ ਇਨਕਮ ਆ ਉਸਨੂੰ ਜਸਟੀਫਾਈ ਕਰਕੇ ਫਿਰ ਕੈਨੇਡਾ ਦਾ ਟੂਰਿਸਟ ਵੀਜ਼ਾ ਦਿੰਦੀ ਆ। ਇੱਦਾਂ ਦੀ ਕੋਈ ਪਾਲਿਸੀ ਨਹੀਂ ਹੈ ਕਿ ਤੁਸੀਂ ਕੈਨੇਡਾ ਦਾ ਟੂਰਿਸਟ ਵੀਜ਼ਾ ਨਹੀਂ ਲੈ ਸਕਦੇ। ਹਰ ਇੱਕ ਸੱਜਣ, ਹਰ ਇੱਕ ਬੰਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਜਾ ਕੇ ਆਪਣਾ ਵਰਕ ਪਰਮਿਟ ਅੱਜ ਵੀ ਚੇਂਜ ਕਰਾ ਸਕਦਾ। ਅੱਜ ਤੋਂ ਪਹਿਲਾਂ ਵੀ ਜਿਹੜੇ ਲੋਕ ਗਏ ਆ ਉਹਨਾਂ ਨੇ ਵੀ ਚੇਂਜ ਕਰਾਇਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਪ੍ਰੋਸੈਸ ਇੱਦਾਂ ਹੀ ਚੱਲਦਾ ਰਹੂਗਾ। ਕੋਸ਼ਿਸ਼ ਕਰੋ ਕਿ ਆਪਣੀ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਸੈੱਟ ਕਰੀਏ, ਆਪਣੀਆਂ 3 ਸਾਲ ਦੀਆਂ ITR ਜਿਹੜੀਆਂ ਹੈਗੀਆਂ ਉਹ ਵੱਧ ਤੋਂ ਵੱਧ ਅਮਾਊਂਟ ਦੀਆਂ ਭਰੀਏ, ਜਿਹਦੇ ਵਿੱਚ ਆਪਾਂ ਜਸਟੀਫਿਕੇਸ਼ਨ ਦੇ ਸਕੀਏ ਕਿ ਸਾਡੀ ਜਿਹੜੀ ਇਨਕਮ ਹੈ ਇੰਡੀਆ ਦੇ ਵਿੱਚ 8 ਤੋਂ 10 ਲੱਖ ਰੁਪਇਆ ਫੈਮਿਲੀ ਦੀ ਇਨਕਮ ਹੈਗੀ ਹੈ 1 ਸਾਲ ਦੀ, ਅਸੀਂ ਕੈਨੇਡਾ ਘੁੰਮਣ ਦੀ ਕਾਬਲੀਅਤ ਰੱਖਦੇ ਹਾਂ, ਔਰ ਕੈਨੇਡਾ ਜੇ ਅਸੀਂ ਘੁੰਮਣ ਜਾਵਾਂਗੇ ਤਾਂ ਘੁੰਮ ਕੇ ਅਸੀਂ ਕੈਨੇਡਾ ਤੋਂ ਇੰਡੀਆ ਵਾਪਸ ਆਉਣ ਦੀ ਵੀ ਕਾਬਲੀਅਤ ਰੱਖਦੇ ਹਾਂ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਵੈਲ ਸੈਟਲਡ ਆ। ਹਰ ਇੱਕ ਬੰਦਾ ਜਿਹੜਾ ਵੀ ਤੁਹਾਡੇ ਤੋਂ ਜ਼ਿਆਦਾ ਪੈਸੇ ਲੈਣੇ ਚਾਹੁੰਦਾ ਉਹਨੇ ਵੀ ਤੁਹਾਡੀ ਪ੍ਰੋਫਾਈਲ ਨੂੰ ਸੈੱਟ ਕਰਕੇ ਔਰ ਤੁਹਾਡੀ ਜਿਹੜੀ ਇਨਕਮ ਸੋਰਸ ਨੂੰ ਸਹੀ ਤਰੀਕੇ ਨਾਲ ਜਸਟੀਫਿਕੇਸ਼ਨ ਦੇ ਕੇ ਅੰਬੈਸੀ ਨੂੰ ਤੁਹਾਨੂੰ ਵੀਜ਼ਾ ਲੈ ਕੇ ਦੇਣਾ। ਅਤੇ ਇਸ ਤੋਂ ਵਧੀਆ ਗੱਲ ਇਹੀ ਆ ਕਿ ਤੁਸੀਂ ਪਹਿਲਾਂ ਆਪਣੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਨੂੰ ਉੱਤੇ ਥੋੜ੍ਹਾ ਟਾਈਮ ਲਾ ਲਓ ਜਿਹਦੇ ਨਾਲ ਤੁਹਾਨੂੰ ਵੀਜ਼ਾ ਵੀ ਸਹੀ ਤਰੀਕੇ ਨਾਲ ਮਿਲੂਗਾ ਔਰ ਤੁਸੀਂ ਕੈਨੇਡਾ ਜਾ ਵੀ ਸਕੋਗੇ। ਸਭ ਤੋਂ ਵੱਡੀ ਗੱਲ ਜਿਹੜੀ ਮੇਨ ਹੈਗੀ, ਜਿਹੜੀ ਐਡਵਰਟਾਈਜ਼ਮੈਂਟ ਚੱਲ ਰਹੀ ਆ ਉਹ ਸਿਰਫ ਫਾਈਲਾਂ ਇਕੱਠੀਆਂ ਕਰਨਾ ਉਹਨਾਂ ਦਾ ਕੰਮ ਹੁੰਦਾ, ਉਹਨਾਂ ਨੇ ਵੱਧ ਤੋਂ ਵੱਧ ਵੀਜ਼ਾ ਅਪਲਾਈ ਕਰਨਾ ਉਹਨਾਂ ਦਾ ਕੰਮ ਹੁੰਦਾ, 10,000 15,000 20,000 ਰੁਪਇਆ ਕਮਾਉਣਾ ਇੱਕ ਫਾਈਲ ਪਿੱਛੇ ਉਹਨਾਂ ਦਾ ਕੰਮ ਹੁੰਦਾ। ਉਸੇ ਤਰ੍ਹਾਂ ਮੈਨੂੰ ਵੀ ਬਹੁਤ ਸਾਰੇ ਲੋਕ ਮੇਰੀ ਵੀਡੀਓ ਦੇਖ ਕੇ ਕਾਲ ਕਰਦੇ ਆ, ਤਾਂ ਅੱਜ ਤੱਕ ਕੋਈ ਵੀ ਕਲਾਇੰਟ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਉਹਨਾਂ ਨੂੰ ਮਿਸਗਾਈਡ ਕੀਤਾ ਹੋਊਗਾ। ਮੇਰੀ ਕੋਸ਼ਿਸ਼ ਇਹੀ ਆ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਪਹਿਲਾਂ ਖੁਦ ਬੜੇ ਵਧੀਆ ਤਰੀਕੇ ਨਾਲ ਉਹਨੂੰ ਜਿਹੜਾ ਹੈਗਾ ਇਨਕਮ ਸੋਰਸ ਔਰ ਬੈਂਕ ਜਿਹੜਾ ਅਕਾਊਂਟ ਆ 6 ਮੰਥ ਦੀ ਬੈਂਕ ਸਟੇਟਮੈਂਟ ਨੂੰ ਸਹੀ ਤਰੀਕੇ ਨਾਲ ਔਰ ਉਹਦੀਆਂ ITR ਉਹਦੇ ਨਾਲ ਰਿਲੇਟਡ ਬੈਂਕ ਨਾਲ ਰਿਲੇਟਡ ਤੁਹਾਡੀਆਂ ਹੋਣੀਆਂ ਚਾਹੀਦੀਆਂ, ਉਸ ਤੋਂ ਬਾਅਦ ਆਪਣੇ ਚਾਂਸਿਸ ਬਣਦੇ ਆ ਹੋਟਲ ਬੁਕਿੰਗ 'ਤੇ ਵੀ ਵੀਜ਼ਾ ਲੈਣ ਦੇ। ਡਾਇਰੈਕਟ ਤੁਸੀਂ ਅੱਜ ਜ਼ਿਮੀਂਦਾਰ ਹੋ, ਤੁਸੀਂ ਕਦੇ ਕਿਤੇ ਘੁੰਮਣ ਨਹੀਂ ਗਏ, ਤੁਹਾਡੇ ਤੋਂ ਸਿਰਫ ਅੱਜ ਦੀ ਡੇਟ ਦੇ ਵਿੱਚ ਪੈਸਾ ਕਮਾਉਣ ਦਾ ਜ਼ਰੀਆ ਤੁਸੀਂ ਬਣ ਰਹੇ ਹੋ ਉਹਨਾਂ ਕੰਪਨੀਆਂ ਦਾ ਜਿਹੜੀਆਂ ਵੱਡੀਆਂ ਵੱਡੀਆਂ ਐਡਵਰਟਾਈਜ਼ਮੈਂਟ ਕਿਸਾਨ ਮੇਲੇ ਦੀਆਂ ਦੇ ਰਹੇ ਆ। ਕਿਸਾਨ ਮੇਲੇ ਦੀਆਂ ਐਡਵਰਟਾਈਜ਼ਮੈਂਟ 'ਤੇ ਤੁਹਾਨੂੰ ਪੈਸਾ ਖਰਚਣ ਦੀ ਕੋਈ ਜ਼ਰੂਰਤ ਨਹੀਂ ਹੈ, ਥੋੜ੍ਹਾ ਜਿਹਾ ਟਾਈਮ ਆਪਣੀ ਪ੍ਰੋਫਾਈਲ 'ਤੇ ਲਾ ਲਓ, ਉਸ ਤੋਂ ਬਾਅਦ ਤੁਹਾਨੂੰ 100% ਕੈਨੇਡਾ ਦਾ ਟੂਰਿਸਟ ਵੀਜ਼ਾ ਮਿਲੂਗਾ। ਅੱਗੇ ਵੀ ਜੇ ਤੁਸੀਂ ਕੋਈ ਪਲਾਨ ਕਰਨਾ ਚਾਹੁੰਦੇ ਹੋ ਉਹ ਤੁਹਾਡਾ ਪਲਾਨ ਵੀ ਸਕਸੈਸਫੁਲੀ ਹਰ ਤਰੀਕੇ ਨਾਲ ਸਿਰੇ ਲੱਗੂਗਾ। ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਕਿਸੇ ਵੀ ਟਾਈਮ ਟੂਰਿਸਟ ਵੀਜ਼ਾ ਕੈਨੇਡਾ ਦੀ ਇਨਫੋਰਮੇਸ਼ਨ ਮੈਨੂੰ ਫੋਨ ਕਰਕੇ ਲੈ ਸਕਦੇ ਹੋ। ਮੇਰੀ ਕੋਸ਼ਿਸ਼ ਇਹੀ ਰਹੂਗੀ ਤੁਹਾਨੂੰ ਸਹੀ ਐਡਵਾਈਸ ਦੇ ਕੇ ਸਹੀ ਤਰੀਕੇ ਨਾਲ ਗਾਈਡ ਕਰਕੇ ਸਹੀ ਤਰੀਕੇ ਨਾਲ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਤੁਸੀਂ ਕੈਨੇਡਾ ਟੂਰਿਸਟ ਵੀਜ਼ੇ 'ਤੇ ਜਾਓ ਔਰ ਤੁਹਾਡਾ ਕੈਨੇਡਾ ਰਹਿਣ ਦਾ ਜੇ ਸੁਪਨਾ ਹੈਗਾ ਉਹ ਵੀ ਜਿਹੜਾ ਸੱਚ ਹੋਵੇ। ਤਾਂ ਸਤਿ ਸ਼੍ਰੀ ਅਕਾਲ ਜੀ।